ਸ਼੍ਰੀਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੁਆ। ਸੋ 5-star ਮੂਵੀ ਰਿਵਿਊ ਸ਼ੋਅ ਵੀ ਸਾਡੇ ਸਾਰੇ ਦੇਸ਼ ਤੇ ਵਿਦੇਸ਼ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਦੋਸਤੋ, ਇਸ ਫਰਾਈਡੇ ਬਾਲੀਵੁੱਡ ਮੂਵੀ ਲੱਗੀ ਜੀ। ਮੂਵੀ ਦਾ ਨਾਮ ਹੈ ਜਵਾਨੀ ਜਾਨੇ ਵਨ। ਸੋ ਚੱਲਦੇ ਹਾਂ ਸਮਾਰਟ ਸਿਟੀ ਲੁਧਿਆਣਾ ਦੇ ਸੋਲੀਟੇਅਰ ਮਾਲ ਦੇ ਵਿੱਚ। ਦੋਸਤੋ, ਮੂਵੀ ਵਿੱਚ ਤੁਹਾਨੂੰ ਸੈਫ ਅਲੀ ਖਾਨ, ਤੱਬੂ, ਸ਼ਵਿੰਦਰ ਮਾਹਲ ਵਰਗੇ ਦਿੱਗਜ ਸਟਾਰ ਕਾਸਟ ਨਜ਼ਰ ਆਉਣਗੇ। ਦੋਸਤੋ, ਤੁਹਾਨੂੰ ਦੱਸਦਾ ਕਿ ਮੂਵੀ ਦੇ ਵਿੱਚ ਸੈਫ ਅਲੀ ਖਾਨ ਜਿਹੜਾ ਹੈਗਾ ਉਹ ਇੱਕ ਪੰਜਾਬੀ ਫੈਮਿਲੀ ਨੂੰ ਬਿਲੋਂਗ ਕਰਦਾ ਹੈਗਾ, ਔਰ ਨਾਲ ਹੀ ਨਾਲ ਉਹ ਜਿਹੜਾ ਬਿਜਨਸ ਹੈਗਾ ਉਹ ਹੈਗਾ ਵਾ ਇੱਕ ਬ੍ਰੋਕਰ ਦਾ, ਯਾਨੀ ਕਿ ਬਹੁਤ ਸਾਰੇ ਪ੍ਰੋਪਰਟੀਜ਼ ਉਹ ਖਰੀਦਦਾ ਵੇਚਦਾ ਰਹਿੰਦਾ, ਔਰ ਉਸਦੇ ਵਿੱਚ ਉਹ ਇੱਕ ਸਿੰਗਲ ਪਰਸਨ ਹੈਗਾ। ਲੇਕਿਨ ਉਸਨੂੰ ਨਾਈਟ ਕਲੱਬ ਦੇ ਵਿੱਚ ਜਾਣਾ ਬਹੁਤ ਹੀ ਜ਼ਿਆਦਾ ਪਸੰਦ ਆ, ਔਰ ਡੇਲੀ ਆਪਣੇ ਡਾਂਸ ਕਲੱਬ ਜਾਂਦਾ ਉੱਥੇ ਖਾਉਂਦਾ ਪੀਂਦਾ ਵੀ ਹੈਗਾ। ਸੋ ਦੋਸਤੋ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਸੈਫ ਅਲੀ ਖਾਨ ਨੂੰ ਡਾਂਸ ਕਲੱਬ ਜਾਣ ਦਾ ਬਹੁਤ ਜ਼ਿਆਦਾ ਸ਼ੌਂਕ ਆਉਂਦਾ, ਅਤੇ ਉਹ ਡੇਲੀ ਡਾਂਸ ਕਲੱਬ ਦੇ ਵਿੱਚ ਜਾਂਦਾ, ਇੱਥੋਂ ਤੱਕ ਕਿ ਬਾਹਰ ਵਾਲਿਆਂ ਕੋਲ ਉਸਦਾ ਖਾਤਾ ਵੀ ਚੱਲਦਾ ਹੁੰਦਾ, ਅਤੇ ਇੱਕ ਰੋਜ਼ ਦੀ ਤਰ੍ਹਾਂ ਸੈਫ ਅਲੀ ਖਾਨ ਜਿਹੜਾ ਵਾ ਉਹ ਡਾਂਸ ਬਾਰ 'ਤੇ ਜਾਂਦਾ ਹੈਗਾ। ਉੱਥੇ ਉਸਨੂੰ ਇੱਕ ਕੁੜੀ ਮਿਲ ਜਾਂਦੀ ਹੈ ਅਤੇ ਉਹ ਬੀਅਰ ਦਾ ਔਡਰ ਕਰਦਾ, ਅਤੇ ਕੁੜੀ ਉਸਨੂੰ ਕਹਿੰਦੀ ਹੈ ਕਿ ਮੈਂ ਤੁਹਾਨੂੰ ਤਕਰੀਬਨ ਕਾਫੀ ਲੰਬੇ ਸਮੇਂ ਤੋਂ ਤੁਹਾਨੂੰ ਵਾਚ ਕਰ ਰਹੀ ਹਾਂ, ਤੁਹਾਡੀ ਔਰ ਮੇਰੀ ਆਦਤਾਂ ਕਾਫੀ ਸੇਮ ਨੇ। ਸੁਣ ਕੇ ਸੈਫ ਅਲੀ ਖਾਨ ਬਹੁਤ ਜ਼ਿਆਦਾ ਖੁਸ਼ ਹੋ ਜਾਂਦਾ ਅਤੇ ਉਸ ਕੁੜੀ ਨੂੰ ਆਪਣੇ ਘਰੇ ਲੈ ਆਉਂਦਾ ਹੈਗਾ ਵੈ, ਅਤੇ ਉਹ ਕੁੜੀ ਦੱਸਦੀ ਹੈ ਕਿ ਮੇਰਾ ਨਾਮ ਟੀਆ ਔਰ ਮੇਰੀ ਉਮਰ 21 ਸਾਲ ਦੀ ਹੈ। ਟੀਆ ਉਸਨੂੰ ਸਟੋਰੀ ਸੁਣਾਉਂਦੀ ਹੈ ਕਿ ਅੱਜ ਤੋਂ 21 ਸਾਲ ਪਹਿਲਾਂ ਇੱਕ ਪਰਸਨ ਮੇਰੀ ਮਦਰ ਨੂੰ ਮਿਲਿਆ ਸੀਗਾ, ਅਤੇ ਉਸਦੇ ਮਿਲਣ ਤੋਂ 9 ਮਹੀਨੇ ਬਾਅਦ ਮੈਂ ਇਸ ਧਰਤੀ 'ਤੇ ਆ ਗਈ ਸੀ, ਯਾਨੀ ਕਿ ਮੈਂ ਪੈਦਾ ਹੋ ਗਈ ਸੀਗੀ। ਜਦੋਂ ਮੈਂ ਵੱਡੇ ਹੋ ਕੇ ਮਦਰ ਨੂੰ ਪੁੱਛਿਆ ਕਿ ਮੇਰੇ ਪਿਤਾ ਜੀ ਕੌਣ ਨੇ, ਤਾਂ ਉਹਨਾਂ ਨੂੰ ਵੀ ਨਹੀਂ ਪਤਾ ਸੀਗਾ ਕਿ ਮੇਰੇ ਪਿਤਾ ਜੀ ਕੌਣ ਹੈਗੇ ਨੇ, ਲੇਕਿਨ ਉਹਨਾਂ ਕੋਲ ਇੱਕ ਫੋਟੋ ਸੀਗੀ ਜੋ ਕਿ ਬਿਲਕੁਲ ਹੂ ਬਹੂ ਤੁਸੀਂ ਹੀ ਸੀਗੇ। ਸੋ ਇਸ ਲਈ 33% ਮੈਨੂੰ ਹੈਗਾ ਕਿ ਮੇਰੇ ਫਾਦਰ ਜਿਹੜੇ ਤੁਸੀਂ ਹੈਗੇ ਹੋ, ਅਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ DNA ਕਰਾ ਲਓ, ਜਿਸ ਤੋਂ ਇਹ ਕਲੀਅਰ ਹੋ ਜਾਏ ਕਿ ਤੁਸੀਂ ਮੇਰੇ ਫਾਦਰ ਹੈਗੇ ਹੋ ਜਾਂ ਨਹੀਂ ਹੈਗੇ। ਤੁਹਾਡੇ ਤੋਂ ਇਲਾਵਾ 2 ਪਰਸਨ ਹੋਰ ਵੀ ਹੈਗੇ ਨੇ ਜਿਹੜੇ, ਇੱਕ ਵਿੱਚ ਉਹਨਾਂ ਦੀ ਡੈਥ ਵੀ ਹੋ ਗਈ ਹੈ, ਔਰ ਦੂਸਰਾ ਜਿਹੜਾ ਹੈਗਾ ਵਾ ਉਹ ਪੈਰਿਸ ਦੇ ਵਿੱਚ ਰਹਿੰਦਾ ਹੈਗਾ। ਸੋ ਟੀਆ ਦੇ ਕਹਿਣ 'ਤੇ ਸੈਫ ਅਲੀ ਖਾਨ DNA ਟੈਸਟ ਕਰਵਾ ਲੈਂਦਾ ਹੈਗਾ, ਲੇਕਿਨ ਜਦੋਂ ਉਸਦੀ ਰਿਪੋਰਟ ਆਉਂਦੀ ਤਾਂ ਉਹਦੇ 'ਚੋਂ ਇੱਕ ਸਰਪ੍ਰਾਈਜ਼ ਨਿਕਲ ਕੇ ਆਉਂਦਾ। ਪਤਾ ਚੱਲਦਾ ਹੈਗਾ ਕਿ ਟੀਆ ਜਿਹੜੀ ਹੈਗੀ ਉਹ ਸੈਫ ਅਲੀ ਖਾਨ ਦੀ ਹੀ ਕੁੜੀ ਹੈਗੀ ਹੈ, ਲੇਕਿਨ ਹੁਣ ਉਹ ਪ੍ਰੈਗਨੈਂਟ ਵੀ ਹੈ, ਅਤੇ ਉਸਦੇ ਪਿਤਾ ਜਿਹੜਾ ਹੈਗਾ ਵੈ ਉਸਦਾ ਐਕਸ ਬੋਏਫ੍ਰੈਂਡ ਰੋਹਨ ਹੈਗਾ। ਸੋ ਦੋਸਤੋ, ਫਾਈਨਲੀ ਟੀਆ ਜਿਹੜੀ ਹੈਗੀ ਆਪਣਾ ਪੂਰਾ ਸਮਾਨ ਲੈ ਕੇ ਸੈਫ ਅਲੀ ਖਾਨ ਦੇ ਘਰ ਪਹੁੰਚ ਜਾਂਦੀ ਹੈ, ਅਤੇ ਉਸਨੂੰ ਕਹਿੰਦੀ ਹੈ ਕਿ ਮੈਂ ਆਪਣੇ ਬੱਚੇ ਦਾ ਜਨਮ ਤੁਹਾਡੇ ਘਰ ਦੇਣਾ ਚਾਹੁੰਦੀ ਹਾਂ। ਲੇਕਿਨ ਇਹ ਗੱਲ ਸੁਣ ਕੇ ਸੈਫ ਅਲੀ ਖਾਨ ਬਹੁਤ ਜ਼ਿਆਦਾ ਝਟਕੇ ਦੇ ਵਿੱਚ ਆ ਜਾਂਦਾ। ਉਹ ਟੀਆ ਨੂੰ ਕਹਿੰਦਾ ਕਿ ਪਹਿਲੀ ਵਾਰ ਤੂੰ ਮਾਂ ਬਣਨ ਵਾਲੀ, ਔਰ ਪਹਿਲੀ ਵਾਰੀ ਮੈਂ ਬਾਪ ਬਣਿਆ ਜੋ ਕਿ ਹੁਣੇ DNA ਤੋਂ ਸਾਨੂੰ ਪਤਾ ਚੱਲਿਆ ਹੈਗਾ ਵਾ। ਸੋ ਇਹ ਝਟਕਾ ਜਿਹੜਾ ਹੈਗਾ ਮੇਰੇ ਲਈ ਅਸੈਪਟ ਕਰਨਾ ਬਹੁਤ ਹੀ ਵੱਡੀ ਗੱਲ ਹੈ, ਇਸ ਲਈ ਤੋਂ ਹੁਣੇ ਦੇ ਹੁਣੇ ਜਿਹੜਾ ਵੈ ਆਪਣੇ ਘਰ ਚਲੀਏ ਜਾਂ ਵਾਪਸ ਜਿੱਥੇ ਵੀ ਹਾਂ, ਅਸੀਂ ਫੋਨ 'ਤੇ ਗੱਲ ਕਰਦੇ ਰਹਾਂਗੇ, ਔਰ ਫੈਸਟੀਵਲ 'ਤੇ ਮੈਂ ਤੁਹਾਨੂੰ ਗਿਫਟ ਵਗੈਰਾ ਵੀ ਭੇਜਦਾ ਰਹੂੰਗਾ। ਉਹ ਟੀਆ ਚਲੀ ਵੀ ਜਾਂਦੀ ਹੈ, ਲੇਕਿਨ ਆਪਣੇ ਘਰ ਨਹੀਂ ਬਲਕਿ ਸੈਫ ਅਲੀ ਖਾਨ ਦੇ ਬਿਲਕੁਲ ਸਾਹਮਣੇ ਵਾਲੇ ਘਰ 'ਤੇ। ਦੋਸਤੋ, ਮੂਵੀ ਦੇ ਵੀ ਸੈਫ ਅਲੀ ਖਾਨ ਟੀਆ ਨੂੰ ਬਿਲਕੁਲ ਨਹੀਂ ਅਪਣਾਉਂਦਾ, ਔਰ ਨਾ ਹੀ ਆਪਣੀ ਯਾਰਾਂ ਦੋਸਤਾਂ ਨੂੰ, ਇੱਥੇ ਤੱਕ ਕਿ ਉਹਨੇ ਮੰਮੀ ਡੈਡੀ ਔਰ ਬ੍ਰਦਰ ਨੂੰ ਵੀ ਨਹੀਂ ਦੱਸਦਾ ਕਿ ਉਸਦੀ ਕੋਈ ਕੁੜੀ ਹੈਗੀ ਹੈ ਜੋ ਕਿ ਪ੍ਰੈਗਨੈਂਟ ਹੈਗੀ ਹੈ। ਸੋ ਦੋਸਤੋ, ਹੁਣ ਵੇਖਣ ਵਾਲੀ ਗੱਲ ਹੈਗੀ ਹੈ ਕਿ ਸੈਫ ਅਲੀ ਖਾਨ ਉਸ ਕੁੜੀ ਨੂੰ ਟੀਆ ਯਾਨੀ ਕਿ ਟੀਆ ਨੂੰ ਅਪਣਾਉਂਦਾ ਹੈ ਜਾਂ ਨਹੀਂ, ਕਿ ਸੈਫ ਅਲੀ ਖਾਨ ਆਪਣੇ ਮੰਮੀ ਡੈਡੀ ਔਰ ਆਪਣੇ ਬ੍ਰਦਰ ਨੂੰ ਦੱਸਦਾ ਕਿ ਉਸਦੀ ਕੁੜੀ ਹੈਗੀ ਹੈ ਜਾਂ ਨਹੀਂ। ਇਹ ਸਾਰੀ ਗੱਲਾਂ ਜਾਣਨ ਲਈ ਆਪ ਸਭ ਨੂੰ ਆਪਣੇ ਆਪਣੇ ਸ਼ਹਿਰਾਂ ਦੇ ਸਿਨੇਮਾ ਘਰਾਂ ਦੇ ਵਿੱਚ ਜਾਣਾ ਪੈਣਾ। ਸੋ ਦੋਸਤੋ, ਵੇਲਾ ਉਹ ਚੱਲਿਆ ਦਰਸ਼ਕਾਂ ਦੇ ਵਿਚਾਰਾਂ, ਦਰਸ਼ਕਾਂ ਨੂੰ ਫਿਲਮ ਜਵਾਨੀ ਦੀਵਾਨੀ ਕਿੱਦਾਂ ਹੀ ਲੱਗਿਆ, ਉਹ ਚੱਲਦੇ ਹਾਂ ਸਮਾਰਟ ਸਿਟੀ ਲੁਧਿਆਣਾ ਦੇ ਸੋਲੀਟੇਅਰ ਮਾਲ ਦੇ ਵਿੱਚ। ਵਧੀਆ ਵਧੀਆ, ਬਹੁਤ ਵਧੀਆ, ਓਕੇ ਰਿਪੋਰਟ, ਵਧੀਆ ਭਾਈ, ਅੱਛੀ ਹੈ, ਬਹੁਤ ਸੈਫਲੀ ਖਾਨ ਦੀ ਐਕਟਿੰਗ ਬਹੁਤ ਅੱਛੀ ਹੈ, ਮੈਂ ਬਹੁਤ ਅੱਛੀ ਠੀਕ ਆ ਵੀਰੇ, ਜ਼ਿਆਦਾ ਖਾਸ ਨਹੀਂ, ਵਧੀਆ ਦੀ ਸੀ। ਪ੍ਰੋਗਰਾਮ ਦੇ ਅਖੀਰ 'ਚ ਵਾਰੀ ਆਉਂਦੀ ਤੁਹਾਡੀ ਯਾਨੀ ਕਿ ਦਰਸ਼ਕਾਂ ਦੀ, ਦਰਸ਼ਕਾਂ ਨੇ ਫਿਲਮ ਨੂੰ ਕਿੰਨੇ ਸਟਾਰ ਦਿੱਤੇ, ਆਓ ਵੇਖਦੇ ਇੱਕ ਰਿਪੋਰਟ। 5 ਪੰਚੋਂ 3 ਲਾ ਲਓ, 5-4 ਸਟਾਰ, 3 ਪੰਚੋਂ 4 4 ਵਾਹ ਜੀ ਵਾਹ। ਸੋ ਦੋਸਤੋ, ਦੇਖਿਆ ਕਿਸੇ ਨੇ 3 ਸਟਾਰ ਦਿੱਤੇ, ਕਿਸੇ ਨੇ 4 ਸਟਾਰ ਦਿੱਤੇ, ਕਿਸੇ ਨੇ 5 ਸਟਾਰ ਦਿੱਤੇ, ਲੇਕਿਨ PBN ਦੀ ਪੂਰੀ ਟੀਮ ਵੱਲੋਂ ਫਿਲਮ ਨੂੰ 3 ਸਟਾਰ ਦਿੱਤੇ ਜਾਂਦੇ ਨੇ। ਅਗਲੇ ਹਫ਼ਤੇ ਫਿਰ ਮਿਲਦੇ ਹਾਂ ਨਵੀਂ ਫਿਲਮ ਦੇ ਰਿਵਿਊ ਦੇ ਨਾਲ, ਤਦ ਤੱਕ ਕੈਮਰਾ ਪਰਸਨ B ਮਨਜੀਤ ਔਰ ਹਰਦੀਪ ਦੁਆ ਨੂੰ ਦਿਓ ਇਜਾਜ਼ਤ, ਧੰਨਵਾਦ।